ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੌਰ ਰਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਜੀ। ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਹੋ, ਚੜ੍ਹਦੀ ਕਲਾ 'ਚ ਰਹੋ। ਅਤੇ ਅੱਜ ਮੈਂ ਕੋਈ ਵਲੌਗ ਨਹੀਂ ਬਣਾ ਰਹੀ, ਕੋਈ ਮਤਲਬ ਤੁਹਾਡੇ ਲਈ ਰੈਸਿਪੀ ਨਹੀਂ ਲੈ ਕੇ। ਅੱਜ ਮੈਂ ਤੁਹਾਡੇ ਲਈ ਇੱਕ ਸਪੈਸ਼ਲ ਬੇਨਤੀ ਲੈ ਕੇ ਆਈ ਹਾਂ ਜੀ। ਸਾਡੇ ਕੋਲ ਜਿਵੇਂ ਅੱਜ ਕੱਲ੍ਹ ਦੇਖਦੇ ਪਏ ਤੁਸੀਂ ਬੱਚੇ ਬਿਮਾਰ ਹੋ ਰਹੇ, ਕੁਛ ਹੋ ਰਿਹਾ ਜੀ, ਮੈਸੇਜ ਆਇਆ ਸੀਗਾ। ਹੋ ਸਕਦਾ ਬਹੁਤ ਸਾਰੇ ਭੈਣ ਭਰਾਵਾਂ ਕੋਲ ਆਇਆ ਵੀ ਹੋਏਗਾ ਮੈਸੇਜ, ਠੀਕ ਹੈ ਜੀ। ਮੇਰੇ ਕੋਲ ਆਇਆ ਅਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਸ਼ਾਇਦ ਸ਼ੇਅਰ ਕਰਾਂ, ਅਤੇ ਇਹਦੇ ਨਾਲ ਤੁਹਾਡੇ ਨੂੰ ਮਤਲਬ ਦੇਖੋ ਜਿਹਦੀ ਜ਼ਿੰਦਗੀ ਬਚ ਸਕਦੀ ਹੈ ਅਤੇ ਬਹੁਤ ਜ਼ਰੂਰੀ ਹੈ। ਆਹ ਦੇਖੋ ਜੀ ਮੈਸੇਜ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦੀ ਹਾਂ, ਠੀਕ ਹੈ ਜੀ। ਦੇਖੋ ਜੀ ਦੋਸਤੋ, ਬੇਨਤੀ ਹੈ ਕਿ ਪੋਸਟ ਧਿਆਨ ਨਾਲ ਪੜ੍ਹੋ। ਮੈਂ ਪਿਛਲੇ ਕੁਝ ਦਿਨਾਂ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ DMC ਦੇ ਵਿੱਚ, ਹਸਪਤਾਲ ਲੁਧਿਆਣਾ ਦੇ ਵਿੱਚ ਬੈਠਾ ਹੋਇਆ, ਜੋ ਗੈਸਟਰੋ ਵਿਭਾਗ ਵਿੱਚ ਦਾਖਲ ਹੈ, ਠੀਕ ਹੈ ਜੀ। ਪਰ ਉੱਥੇ ਇੱਕ ਵੱਡਾ ਵਰ ਤਾਰਾ ਦੇਖਣ ਨੂੰ ਮਿਲ ਰਿਹਾ ਕਿ ਉਹਨਾਂ ਦਿਨਾਂ ਦੇ ਵਿੱਚ ਇਸ ਗੈਸਟਰੋ ਵਿਭਾਗ ਵਿੱਚ ਵੱਡੀ ਗਿਣਤੀ ਦੇ ਵਿੱਚ ਨਵੀਂ ਉਮਰ ਦੇ ਬੱਚਿਆਂ ਨੂੰ ਦਾਖਲ ਹੁੰਦਿਆਂ ਦੇਖਿਆ, ਜਿਨ੍ਹਾਂ ਵਿੱਚ ਸਭਨਾਂ ਨੂੰ ਪੀਲੀਏ ਦੀ ਲਪੇਟ, ਮਤਲਬ ਪੀਲੀਏ ਦੀ ਲਪੇਟ ਵਿੱਚ ਆਉਣ ਕਾਰਨ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚ ਬਹੁਤ ਵੱਡੇ ਬੱਚਿਆਂ ਦੀ, ਬਹੁਤ ਜ਼ਿਆਦਾ ਬੱਚਿਆਂ ਦੀ ਮੌਤ ਤੇ ਮਤਲਬ ਆਪਣੀ ਜ਼ਿੰਦਗੀ ਦੇ ਨਾਲ ਲੜ ਰਹੇ ਨੇ ਵੱਡੇ ਮਤਲਬ ਬੱਚੇ। ਤੇ ਡਾਕਟਰਾਂ ਦੇ ਦੱਸਣ ਕਾਰਨ, ਮਾਪਿਆਂ ਦੇ ਦੱਸਣ ਅਨੁਸਾਰ ਕਿਸੇ ਨੇ ਬਰਗਰ ਪੀਜ਼ੇ ਤੇ ਕਿਸੇ ਨੇ ਮੋਮੋਜ ਜਾਂ ਫਿਰ ਏਦਾਂ ਦੀਆਂ ਗਲੀਆਂ ਮੁਹੱਲਿਆਂ ਵਿੱਚੋਂ ਮਿਲਣ ਵਾਲਾ ਫਾਸਟ ਫੂਡ ਖਾਧਾ ਸੀ, ਠੀਕ ਹੈ ਜੀ, ਤੇ ਪੀਲੀਏ ਦੀ ਲਪੇਟ ਵਿੱਚ ਆ ਰਹੇ ਹਨ। ਕਰੀਬ ਕਰੀਬ ਹਰ ਕੋਈ ਕਿਸੇ ਦੀ ਡਾਇਲਿਸਿਸ ਕੀਤੀ ਜਾ ਰਹੀ ਹੈ, ਤੇ ਉਹ ਅਸੀਂ 80 ਤੋਂ 100 ਘੰਟੇ ਲਗਾਤਾਰ ਪਿਛਲੀ ਰਾਤ ਨਕੋਦਰ ਦੇ ਨੇੜੇ ਤੇੜੇ ਇੱਕ 19 ਸਾਲਾਂ ਦਾ ਮੁੰਡਾ ਰਾਤ ਨੂੰ 10 ਵਜੇ ਦਾਖਲ ਕਰਵਾਇਆ ਸੀ, ਜਿਸ ਨੂੰ ਪੀਲੀਆ ਹੀ ਹੈ। ਮਾਪੇ ਵਿਲਕਦੇ ਵੇਖੇ ਪੈਸਾ ਚੁੱਕੀ ਭੱਜ ਰਹੇ ਹਨ, ਪਰ ਡਾਕਟਰਾਂ ਨੇ ਲਗਾਤਾਰ ਨਾ ਕਰ ਦਿੱਤੀ, ਠੀਕ ਹੈ ਜੀ, ਦੁੱਖ ਦੇਖਿਆ ਨਹੀਂ ਜਾ ਰਿਹਾ। ਮੈਂ ਬੇਨਤੀ ਹੈ ਕਿ ਆਪ ਜੀ ਦੇ ਆਪਣੇ ਆਪਣੇ ਘਰਾਂ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਜਿਵੇਂ ਵੀ ਮਰਜ਼ੀ ਕਰੋ, ਤੇ ਆਪਣੇ ਬੱਚਿਆਂ ਨੂੰ ਇਹਨਾਂ ਗੰਦਗੀ ਭਰੀਆਂ ਹੋਈਆਂ ਮੋਮੋਜ ਚੀਜ਼ਾਂ, ਮਤਲਬ ਮੋਮੋਜ ਬਰਗਰ ਪੀਜ਼ੇ ਦੀ ਬਾਜ਼ਾਰੂ ਖਾਣ ਵਾਲੀਆਂ ਚੀਜ਼ਾਂ ਤੋਂ ਰੋਕੋ। ਜਿਵੇਂ ਮਰਜ਼ੀ, ਚਾਹੇ ਸਖਤੀ ਕਰਨੀ ਹੋਵੇ ਤੁਹਾਨੂੰ, ਚਾਹੇ ਕੁਛ ਕਰਨਾ ਹੋਵੇ। ਤੇ ਸਾਰਿਆਂ ਅੱਗੇ ਮੈਂ ਵੀ ਇਹੀ ਬੇਨਤੀ ਕਰੂੰਗੀ ਜੀ, ਹੱਥ ਜੋੜ ਕੇ। ਮੇਰੇ ਕੋਲ ਮੈਸੇਜ ਆਇਆ, ਮੈਂ ਸੋਚਿਆ ਸ਼ਾਇਦ ਤੁਹਾਡੇ ਨਾਲ ਸ਼ੇਅਰ ਕਰਨ ਨਾਲ ਬਹੁਤ ਸਾਰਿਆਂ ਦੀ ਜ਼ਿੰਦਗੀ ਵੀ ਬਚ ਸਕਦੀ ਹੈ, ਤੇ ਆਪਾਂ ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਆਪਣਾ ਕੰਟਰੋਲ ਕਰੋ, ਇਹਨਾਂ ਚੀਜ਼ਾਂ ਤੋਂ ਬਚਾਓ। ਕਿਉਂਕਿ ਦੇਖੋ ਜੀ ਬੱਚਾ, ਆਪਾਂ ਕਿਸੇ ਦਾ ਇੱਕ ਦਿਨ ਲਈ ਵੀ ਲੈਣ ਜਾਈਏ ਨਾ, ਸਾਨੂੰ ਬੱਚੇ ਨਹੀਂ ਮਿਲਦੇ, ਹਨਾ ਜੀ। ਤੇ ਮੈਂ ਤੁਹਾਡੇ ਅੱਗੇ ਇਹੀ ਬੇਨਤੀ ਕਰੂੰਗੀ ਕਿ ਆਪਣੇ ਇਹ ਚੀਜ਼ਾਂ ਤੋਂ ਬਚਾਓ, ਗੰਦਗੀ ਭਰੀਆਂ ਚੀਜ਼ਾਂ ਤੋਂ। ਮੇਰਾ ਮਨ ਕੀਤਾ ਕਿ ਤੁਹਾਡੇ ਨਾਲ ਮੈਂ ਮੈਸੇਜ ਸ਼ੇਅਰ ਕਰਾਂ। ਮੈਂ ਮੈਸੇਜ ਨੂੰ ਸ਼ਾਰਟ ਵੀਡੀਓ 'ਤੇ ਵੀ ਪਾ ਦਾਂਗੀ, ਠੀਕ ਹੈ ਜੀ, ਤੁਸੀਂ ਪੜ੍ਹਨਾ। ਅਤੇ ਵੱਧ ਤੋਂ ਵੱਧ ਤੁਹਾਡੇ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ, ਬਾਜ਼ਾਰੂ ਚੀਜ਼ਾਂ ਜਿਵੇਂ ਗਲਿਆਂ ਦੇ ਵਿੱਚੋਂ ਮਿਲਦੀਆਂ ਨਾ, ਅਤੇ ਇਹਨਾਂ ਚੀਜ਼ਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰੋ। ਬਾਕੀ ਜੀ ਮੇਰਾ ਮੈਸੇਜ ਤੁਹਾਡੇ ਅੱਗੇ ਇਹੀ, ਹੱਥ ਜੋੜ ਕੇ ਬੇਨਤੀ, ਵੱਧ ਤੋਂ ਵੱਧ ਸ਼ੇਅਰ ਕਰੋ ਕਿ ਆਪਾਂ ਆਪਣੇ ਬੱਚਿਆਂ ਨੂੰ ਇਹ ਗੰਦਗੀ ਭਰੀਆਂ ਚੀਜ਼ਾਂ ਖਾਣ ਤੋਂ ਜ਼ਿਆਦਾ ਜਿੰਨਾ ਹੋ ਸਕਦਾ ਰੋਕੀਏ। ਕਿਉਂਕਿ ਆਪਾਂ ਨੂੰ ਤਾਂ ਕੋਈ, ਜੇ ਕਿਸੇ ਦਾ ਆਪਾਂ ਇੱਕ ਦਿਨ ਦਾ ਵੀ ਬੱਚਾ ਲੈਣ ਜਾਈਏ ਨਾ, ਸਾਨੂੰ ਕੋਈ ਇੱਕ ਦਿਨ ਦਾ ਵੀ ਬੱਚਾ ਨਹੀਂ ਚੁੱਕਣ ਦੇਗਾ, ਠੀਕ ਹੈ ਨਾ ਜੀ। ਅਤੇ ਆਪਾਂ ਆਪਣੇ ਬੱਚਿਆਂ ਨੂੰ ਵਿਲਕਦੇ ਆਏ ਹਾਂ, ਦੁੱਖ ਉਹਨਾਂ ਦੇ, ਤਕਲੀਫਾਂ ਨਹੀਂ ਝੇਲ ਸਕਦੇ। ਆਪਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਹੋ ਸਕਦਾ ਸਾਡੇ ਬੱਚੇ ਵੀ ਸਾਡੇ ਕਹਿਣੇ 'ਤੇ ਸਮਝ ਵੀ ਜਾਣ, ਹੈ ਨਾ। ਅਤੇ ਤੁਹਾਡੇ ਅੱਗੇ ਇਹੀ ਬੇਨਤੀ ਕਰੂੰਗੀ ਜੀ ਕਿ ਤੁਸੀਂ ਵੱਧ ਤੋਂ ਵੱਧ ਮੇਰੀ ਵੀਡੀਓ ਸ਼ੇਅਰ ਕਰੋ ਆਪਣੇ ਮੈਂਬਰਾਂ ਨਾਲ, ਆਪਣੇ ਪਰਿਵਾਰਾਂ ਨਾਲ, ਆਪਣੇ ਰਿਸ਼ਤੇਦਾਰਾਂ ਨਾਲ। ਬਸ ਇਹ ਤੁਹਾਡੇ ਅੱਗੇ ਬੇਨਤੀ ਹੈ ਕਿ ਜਿੰਨਾ ਹੋ ਸਕੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਅਤੇ ਮੈਂ ਇਹ ਮੈਸੇਜ ਤੁਹਾਡੇ ਲਈ ਸਪੈਸ਼ਲ ਆ, ਦੇਖੋ ਜੀ ਮੇਰੇ ਕੋਲ ਵੀ ਆਇਆ ਸੀ ਮੈਸੇਜ, ਅਤੇ ਮੈਂ ਤੁਹਾਨੂੰ ਰੀਡ ਕਰ ਰਹੀ ਹਾਂ। ਆਹ ਦੇਖੋ, ਅਤੇ ਮੈਂ ਕਿਹਾ ਮੈਂ ਸੋਚਿਆ ਕਿ ਤੁਹਾਨੂੰ
ਦਿਖਾਉਣਾ ਬਣਦਾ ਦੱਸਣਾ ਬਣਦਾ ਮੇਰੇ ਵੱਲੋਂ ਆਗ ਮਤਲਬ ਕਹਿੰਦੇ ਹੁੰਦੇ ਨੇ ਨਾ ਜਿਵੇਂ ਆਗਰੂ ਕਰਨਾ ਬਣਦਾ ਵੀ ਆਪਾਂ ਕਿਸੇ ਨੂੰ ਦੱਸੀਏ ਤੇ ਇਹੀ ਹੱਥ ਜੋੜ ਕੇ ਬੇਨਤੀ ਹੈ ਜੀ ਵੱਧ ਤੋਂ ਵੱਧ ਜਿੰਨਾ ਹੋ ਸਕੇ ਇਹਨਾਂ ਨੂੰ ਸ਼ੇਅਰ ਕਰੋ ਕਿ ਮੇਰੇ ਕੋਲ ਵੀ ਮੈਸੇਜ ਤੁਸੀਂ ਵੀ ਅੱਗੇ ਤੋਂ ਅੱਗੇ ਇਹਨੂੰ ਸ਼ੇਅਰ ਕਰੋ ਕਿ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਖਾਣ ਤੋਂ ਜਿੰਨਾ ਰੋਕ ਸਕਦੇ ਹੋ ਬਾਹਰ ਦੀਆਂ ਚੀਜ਼ਾਂ ਤੋਂ ਬਚਾਓ ਤੇ ਆਪਣੇ ਬੱਚਿਆਂ ਦੀ ਸਿਹਤ ਦੀ ਰੱਖਿਆ ਕਰੋ ਤੇ ਆਪਣੀਆਂ ਭੈਣਾਂ ਅੱਗੇ ਰਿਕੁਐਸਟ ਕਰਾਂਗੀ ਕਿ ਜ਼ਿਆਦਾ ਤੋਂ ਜ਼ਿਆਦਾ ਰੋਕਣ ਦੀ ਬੱਚਿਆਂ ਨੂੰ ਕੋਸ਼ਿਸ਼ ਕਰੋ ਕਿਉਂਕਿ ਆਪਾਂ ਜਿੰਨਾ ਬਾਹਰ ਦਾ ਖਾਣਾ ਖਾਂਦੇ ਹਾਂ ਨਾ ਉਹਨਾਂ ਸਾਨੂੰ ਨੁਕਸਾਨ ਦਿੰਦਾ ਤੁਸੀਂ ਪਰ ਦੇਖਦੇ ਹੋ ਕਿ ਕਿੰਨੀ ਗੰਦਗੀ ਨਾ ਅੱਜ ਕੱਲ੍ਹ ਤਾਂ ਵੈਸੇ ਵੀ ਲੋਕ ਵੀਡੀਓ ਪਾਉਂਦੇ ਹੈ ਕਿਹੜੇ ਤਰੀਕੇ ਨਾਲ ਚੀਜ਼ਾਂ ਬਣਾਉਂਦੇ ਆ ਕਿਹੜੇ ਨਾਲ ਨਹੀਂ ਤੇ ਵੈਸੇ ਜੇ ਕੋਸ਼ਿਸ਼ ਕਰੋ ਤੇ ਭੈਣ ਅੱਗੇ ਹੱਥ ਜੋੜ ਕੇ ਹੀ ਬੇਨਤੀ ਕਰੂੰਗੀ ਕਿ ਆਪਣੇ ਬੱਚਿਆਂ ਨੂੰ ਇਸ ਦੁੱਖ ਤੋਂ ਸਾਡੇ ਨਿਕਲਣ ਬੱਚੇ ਹਨਾ ਕਸ਼ਟੀ ਵੀ ਭੁਗਤਣਗੇ ਸਾਡਾ ਪੈਸਾ ਵੀ ਲੱਗੇਗਾ ਤਾਂ ਅਸੀਂ ਵੀ ਪਰੇਸ਼ਾਨ ਹੋਵਾਂਗੇ ਇਸ ਨਾਲ ਉਹ ਚੰਗਾ ਤੇ ਕਿ ਆਪਣੇ ਘਰੇ ਕੋਸ਼ਿਸ਼ ਕਰੋ ਕਿ ਆਪਣੀਆਂ ਚੀਜ਼ਾਂ ਵਧੀਆ ਵਧੀਆ ਬਣਾ ਕੇ ਦੇਣ ਦੀ ਕੋਸ਼ਿਸ਼ ਕਰੋ ਤੇ ਬਾਹਰ ਦੀਆਂ ਚੀਜ਼ਾਂ ਨੂੰ ਬਿਲਕੁਲ ਅਵੋਇਡ ਕਰੋ ਖਾਣਾ ਹੀ ਹੈ ਤੇ ਵਧੀਆ ਚੀਜ਼ ਕਿਤੇ ਮਤਲਬ ਤੁਸੀਂ ਆਪਣੇ ਅੱਖੀ ਦੇਖੀ ਚੀਜ਼ ਖਾਣ ਦੀ ਕੋਸ਼ਿਸ਼ ਕਰੋ ਤੇ ਮੇਰੇ ਵੱਲੋਂ ਤਾਂ ਦੇਖੋ ਜੀ ਇਹੀ ਬੇਨਤੀ ਹੈ ਤੁਹਾਨੂੰ ਜੋ ਚੰਗਾ ਲੱਗੇ ਪਲੀਜ਼ ਇਹੀ ਕਰੂੰਗੀ ਕਿ ਮੇਰੀਆਂ ਬਹੁਤ ਸਾਰੀਆਂ ਤੁਸੀਂ ਹੋਰ ਵੀਡੀਓ ਵੀ ਸ਼ੇਅਰ ਕਰਦੇ ਹੋ ਹਨਾ ਤੇ ਬਹੁਤ ਪਿਆਰ ਦਿੰਦੇ ਬਸ ਇਸ ਵੀਡੀਓ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੇਅਰ ਕਰੋ ਕਿ ਵਾਹਿਗੁਰੂ ਸਾਡੇ ਬੱਚੇ ਬਿਲਕੁਲ ਠੀਕ ਰਹਿਣ ਆਪਾਂ ਆਪਣੇ ਬੱਚਿਆਂ ਦਾ ਦੁੱਖ ਬਿਲਕੁਲ ਨਹੀਂ ਦੇਖ ਸਕਦੇ ਮਾਵਾਂ ਤਾਂ ਮਾਂ ਪਿਓ ਤਾਂ ਤੁਹਾਨੂੰ ਪਤਾ ਹੀ ਬਿਲਕੁਲ ਵੀ ਨਹੀਂ ਦੇਖ ਸਕਦੇ ਹਨਾ ਤੇ ਕਈ ਵਾਰੀ ਅਕਸਰ ਸਾਡੇ ਕੋਲ ਹੁੰਦਾ ਕਿ ਕਸ਼ਟੀਆਂ ਇੰਨੀਆਂ ਆ ਜਾਂਦੀਆਂ ਕਿ ਇੱਕ ਟਾਈਮ ਆਪਣੇ ਕੋਲ ਪੈਸਾ ਵੀ ਨਹੀਂ ਹੁੰਦਾ ਤੇ ਆਪਾਂ ਪਰੇਸ਼ਾਨ ਹੋਈਏ ਆਪਾਂ ਪਰੇਸ਼ਾਨ ਹੋਣ ਤੋਂ ਪਹਿਲਾਂ ਹੀ ਆਪਣਾ ਕੀ ਕਹਿੰਦੇ ਹੁੰਦੇ ਨੇ ਕਿ ਪਹਿਲਾਂ ਹੀ ਧਿਆਨ ਰੱਖ ਲਈਏ ਤੇ ਬਹੁਤ ਵਧੀਆ ਗੱਲ ਹੈ ਠੀਕ ਹੈ ਜੀ ਕੋਈ ਗਲਤੀ ਹੋਵੇ ਤਾਂ ਮੈਂ ਮਾਫ਼ੀ ਚਾਹੁੰਦੀ ਹਾਂ ਕਿਉਂਕਿ ਮੈਂ ਤੁਹਾਨੂੰ ਮੈਸੇਜ ਪੜ੍ਹ ਕੇ ਦਿਖਾ ਦਿੱਤਾ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਬਸ ਇਹੀ ਤੁਹਾਨੂੰ ਕਹੂੰਗੀ ਜਿੰਨਾ ਹੋ ਸਕੇ ਭੈਣਾਂ ਬਣ ਕੇ ਮੇਰੀ ਪਲੀਜ਼ ਹੈਲਪ ਕਰੋ ਆਪਣੇ ਰਿਸ਼ਤੇਦਾਰਾਂ 'ਚ ਆਪਾਂ ਵਟਸਐਪ 'ਤੇ ਤਾਂ ਦੇਖੋ ਕਿੰਨੇ ਮੈਸੇਜ ਪਾਉਂਦੇ ਆ ਹਨਾ ਤੇ ਮੈਸੇਜ ਦੇ ਤੌਰ 'ਤੇ ਕਹਿ ਰਹੀ ਹਾਂ ਮੈਂ ਪਲੀਜ਼ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਬੱਚਿਆਂ ਦੀ ਰੱਖਿਆ ਕਰੋ ਮਾਵਾਂ ਭੈਣਾਂ ਅੱਗੇ ਸਾਰਿਆਂ ਅੱਗੇ ਬੇਨਤੀ ਹੈ ਸਤਿ ਸ਼੍ਰੀ ਅਕਾਲ ਜੀ ਮਿਲਦੀ ਹਾਂ ਕੱਲ੍ਹ ਤੁਹਾਨੂੰ ਨਵੇਂ ਵਲੌਗ ਵਿੱਚ